ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੀਨ। ਸਾਰੇ ਭੈਣ ਭਰਾਵਾਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਭਰਾਓ ਤੇ ਭੈਣੋ, ਅੱਜ ਪਾਸਕਾ ਦਾ ਪੰਜਵਾਂ ਐਤਵਾਰ ਹੈ। ਆਓ ਅਸੀਂ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਜੋ ਪਹਿਲਾ ਪਾਠ ਹੈ, ਚੇਲਿਆਂ ਦਾ ਕਰਤੱਵ, ਉਹਦਾ 6ਵਾਂ ਅਧਿਆਇ 1 ਐਤ ਤੋਂ ਲੈ ਕੇ 7 ਐਤ ਤੱਕ। ਅੱਜ ਦਾ ਦੂਜਾ ਪਾਠ ਸੰਤ ਪਤਰਸ ਦਾ ਪਹਿਲਾ ਖੱਤ 2 ਅਧਿਆਇ 4 ਤੋਂ 9 ਐਤ ਤੱਕ। ਅੱਜ ਦੀ ਅੰਜੀਲ ਯੂਹੰਨਾ ਦੀ ਅੰਜੀਲ ਉਸਦਾ 14 ਅਧਿਆਇ 1 ਤੋਂ 12 ਤੱਕ। ਪਿਆਰਿਓ, ਅੱਜ ਅਸੀਂ 5 ਗੱਲਾਂ ਦੇ ਉੱਤੇ ਧਿਆਨ ਕਰਾਂਗੇ। ਪਹਿਲੀ ਗੱਲ ਹੈ ਕਿ ਪ੍ਰਭੂ ਯਿਸੂ ਮਸੀਹ ਰਾਹ ਹੈ। ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਰਾਹ ਹੈ? ਕਿਉਂਕਿ ਜ਼ਬੂਰਾਂ ਦੀ ਪੁਸਤਕ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜ਼ਬੂਰ 23 ਦੇ ਵਿੱਚ, ਕਿ ਪ੍ਰਭੂ ਮੈਨੂੰ ਵਾਦੀਆਂ ਵਿੱਚੋਂ, ਹਨੇਰੇ ਵਿੱਚੋਂ ਕੱਢ ਕੇ ਸਹੀ ਰਸਤੇ 'ਤੇ ਲੈ ਕੇ ਜਾਂਦਾ ਹੈ। ਉਹ ਮੈਨੂੰ ਮਿੱਠੇ ਪਾਣੀ ਕੋਲ ਲੈ ਕੇ ਜਾਂਦਾ ਹੈ। ਮਤਲਬ ਕਿ ਸਾਨੂੰ ਸਹੀ ਰਸਤੇ 'ਤੇ ਚੱਲਣ ਦੇ ਲਈ ਉਹ ਸਾਨੂੰ ਰਾਹ ਦਿਖਾਉਂਦਾ ਹੈ। ਦੇਖੋ ਕਿਸ ਤਰ੍ਹਾਂ ਜੋ ਸੰਤ ਪੌਲਸ ਸੀ, ਗਲਤ ਰਸਤੇ 'ਤੇ ਚੱਲ ਰਿਹਾ ਸੀ, ਪ੍ਰਭੂ ਉਸਨੂੰ ਸਹੀ ਰਸਤੇ 'ਤੇ ਲੈ ਕੇ ਆਇਆ। ਸੰਤ ਅਗਸਟਿਨ ਕਲੀਸੀਆ ਦੇ ਮਹਾਨ ਸੰਤ ਹੋਏ ਨੇ, ਗਲਤ ਰਸਤੇ 'ਤੇ ਸੀ, ਸਹੀ ਰਸਤੇ 'ਤੇ ਲੈ ਕੇ ਆਉਂਦਾ। ਇਸ ਲਈ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਹੀ ਰਾਹ ਹੈ, ਰਾਹ ਸਹੀ ਰਸਤੇ 'ਤੇ ਲੈ ਕੇ ਜਾਂਦਾ। ਦੂਜੀ ਸੱਚਾਈ ਹੈ, ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਸੱਚਾਈ ਹਾਂ। ਹੁਣ ਦੇਖੋ ਸੱਚਾਈ ਕਿਹੜੀਆਂ? ਸਾਰੀਆਂ ਜੋ ਗੱਲਾਂ ਪ੍ਰਭੂ ਨੇ ਸਾਨੂੰ ਦੱਸੀਆਂ, ਅੰਜੀਲ ਵਿੱਚ ਸਿਖਾਈਆਂ ਨੇ, ਉਹ ਸਾਰੀਆਂ ਡੂੰਘੀਆਂ ਸੱਚਾਈਆਂ। ਹੁਣ ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਤੁਹਾਡੇ ਲਈ ਰਾਹ ਤਿਆਰ ਕਰਨ ਲਈ, ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ। ਮਤਲਬ ਕਿ ਅੱਜ ਪ੍ਰਭੂ ਸਾਨੂੰ ਕਹਿੰਦਾ ਹੈ ਕਿ ਘਬਰਾਓ ਨਾ, ਇੱਥੋਂ ਤੱਕ ਕਿ ਮੌਤ ਤੋਂ ਵੀ ਨਾ ਘਬਰਾਓ। ਅਸੀਂ ਕਈ ਵਾਰੀ ਡਰੇ ਹੋਏ, ਡਰ ਜਾਂਦੇ ਹਾਂ ਮੌਤ ਦਾ ਨਾਂ ਸੁਣ ਕੇ, ਲੇਕਿਨ ਅੱਜ ਪ੍ਰਭੂ ਸਾਨੂੰ ਇਹ ਸੱਚਾਈ ਦੱਸਦਾ ਹੈ ਕਿ ਜਿਹੜੀ ਮੌਤ ਹੈ, ਇੱਥੇ ਸਾਡੀ ਇਹ ਸਾਡੀ ਸਿਰਫ ਇੱਕ ਤਬਾਦਲਾ ਹੈ, ਬਦਲੀ ਹੈ। ਜਿਸ ਤਰ੍ਹਾਂ ਕਿ ਫਾਦਰਾਂ ਦੀ, ਸਿਸਟਰਾਂ ਦੀ, ਫੌਜੀਆਂ ਦੀ ਬਦਲੀ ਹੁੰਦੀ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਇਸੇ ਤਰ੍ਹਾਂ ਹੀ ਮੌਤ ਵੀ ਸਾਡੀ ਸਿਰਫ ਬਦਲੀ ਹੈ ਧਰਤੀ ਤੋਂ ਸਵਰਗ ਵੱਲ। ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਥਾਂ ਤਿਆਰ ਕੀਤੀ ਹੈ, ਅਤੇ ਮੌਤ ਦੇ ਬਾਅਦ ਅਸੀਂ ਉਸ ਥਾਂ ਦੇ ਵਿੱਚ ਚਲੇ ਜਾਂਦੇ। ਤੀਜੀ ਸੱਚਾਈ ਹੈ, ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਜੀਵਨ ਹਾਂ। ਹੁਣ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀਵਨ ਹੈ? ਉਹ ਜੀਵਨ ਦੇਣ ਵਾਲਾ ਹੈ, ਉਮਰ 'ਚ ਵਾਧਾ ਕਰ ਦਿੰਦਾ ਹੈ। ਯਸ਼ਾਇਆ ਨਬੀ ਦੀ ਪੁਸਤਕ ਉਹਦਾ 38 ਅਧਿਆਏ ਦੇ ਵਿੱਚ ਅਸੀਂ ਪੜ੍ਹਦੇ ਹਾਂ ਰਾਜਾ ਹਿਜ਼ਕੀਆ ਦੇ ਬਾਰੇ। ਉਸਨੇ ਦੁਆ ਕੀਤੀ ਅਤੇ ਪ੍ਰਭੂ ਨੇ ਉਹਦੀ ਉਮਰ ਦੇ ਵਿੱਚ ਵਾਧਾ ਕਰ ਦਿੱਤਾ, ਉਮਰ ਵੱਧ ਗਈ। ਠੀਕ ਉਸੇ ਤਰ੍ਹਾਂ ਹੀ ਅਸੀਂ ਅੰਜੀਲ ਵਿੱਚ ਦੇਖਦੇ ਹਾਂ ਕਿ ਲਾਜ਼ਰ ਨੂੰ ਜ਼ਿੰਦਾ ਕਰ ਦਿੱਤਾ, ਨੈਣ ਸ਼ਹਿਰ ਦੀ ਵਿਧਵਾ ਦੇ ਬੇਟੇ ਨੂੰ ਜ਼ਿੰਦਾ ਕਰ ਦਿੱਤਾ, ਉਹਦੀ ਉਮਰ ਦੇ ਵਿੱਚ ਵਾਧਾ ਕਰ ਦਿੱਤਾ। ਦੇਖੋ ਪ੍ਰਭੂ ਯਿਸੂ ਮਸੀਹ ਜੀਵਨ ਦੇਣ ਵਾਲਾ ਪ੍ਰਭੂ। ਅਤੇ ਚੌਥੀ ਗੱਲ ਜੋ ਹੈ ਉਹ ਇਹ ਹੈ ਕਿ ਅੱਜ ਸੰਤ ਪਤਰਸ ਸਾਨੂੰ ਇੱਕ ਗੱਲ ਯਾਦ ਕਰਾਉਂਦਾ ਹੈ ਕਿ ਅਸੀਂ ਚੁਣਿਆ ਹੋਇਆ ਵੰਸ਼ ਹਾਂ, ਅਸੀਂ ਰਾਜਸੀ ਪੁਰੋਹਿਤਾਈ ਦੇ ਮੈਂਬਰ ਹਾਂ, ਅਸੀਂ ਉਹਦੇ ਆਪਣੇ ਲੋਕ ਹਾਂ। ਅਤੇ ਇਸ ਕਰਕੇ ਜੇਕਰ ਅਸੀਂ ਉਸ ਰਾਜਸੀ ਪੁਰੋਹਿਤਾਈ ਦੇ ਮੈਂਬਰ ਹਾਂ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਵੀ ਪ੍ਰਭੂ ਦੇ ਖਾਦਮ ਹੋ ਕੇ, ਪ੍ਰਭੂ ਦੇ ਚੁਣੇ ਹੋਏ ਮੈਂਬਰ ਬਣ ਕੇ ਅਸੀਂ ਵੀ ਪ੍ਰਚਾਰਕ ਬਣ ਜਾਈਏ। ਜਿਸ ਤਰ੍ਹਾਂ ਸੰਤ ਸਟੀਫਨ ਨੇ, ਸੰਤ ਸਾਰੇ ਸੰਤਾਂ ਨੇ ਪ੍ਰਚਾਰ ਦਾ ਕੰਮ ਕੀਤਾ, ਅਸੀਂ ਉਸ ਪੁਰੋਹਿਤਾਈ ਦੇ ਮੈਂਬਰ ਬਣ ਕੇ ਅਸੀਂ ਪ੍ਰਚਾਰਕ ਬਣੀ। ਅਤੇ ਪੰਜਵੀਂ ਸੱਚਾਈ ਹੈ, ਪ੍ਰਭੂ ਯਿਸੂ ਮਸੀਹ ਸਾਨੂੰ ਦੱਸਦਾ ਹੈ ਕਿ ਮੇਰਾ ਨਾਂ ਲੈ ਕੇ ਤੁਸੀਂ ਜੋ ਵੀ ਮੰਗੋਗੇ ਉਹ ਤੁਹਾਡੇ ਲਈ ਮੈਂ ਕਰੂੰਗਾ। ਅਸੀਂ ਪੂਰਾ ਭਰੋਸਾ ਰੱਖੀਏ, ਇਹਨਾਂ 5 ਗੱਲਾਂ ਨੂੰ ਅੱਜ ਆਪਣੇ ਦਿਮਾਗ ਦੇ ਵਿੱਚ ਰੱਖਦੇ ਹੋਏ ਇਹਨਾਂ 'ਤੇ ਧਿਆਨ ਕਰੀਏ, ਅਤੇ ਨਾਲ ਹੀ ਨਾਲ ਇੱਕ ਦੂਜੇ ਦੇ ਲਈ ਦੁਆ ਕਰਦੇ ਰਹੀਏ, ਕਿਉਂਕਿ ਪ੍ਰਭੂ ਦਾ ਵਾਅਦਾ ਹੈ ਕਿ ਜੋ ਵੀ ਤੁਸੀਂ ਮੰਗੋਗੇ ਮੈਂ ਤੁਹਾਨੂੰ ਦੇ ਦੂੰਗਾ। ਹੱਥਾਂ ਨੂੰ ਜੋੜੋ, ਅੱਖਾਂ ਨੂੰ ਬੰਦ ਕਰੋ, ਪ੍ਰਾਰਥਨਾ ਕਰੋ। ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਇਹ ਸਾਰੀਆਂ ਸੱਚਾਈਆਂ ਸਮਝਾਉਣ ਦੇ ਲਈ। ਹੇ ਪ੍ਰਭੂ, ਸਾਨੂੰ ਇਹ ਜਾਣਨ ਦੇ ਲਈ ਕਿ ਅਸੀਂ ਤੇਰੀ ਪ੍ਰੋਤਾਈ ਦੇ ਅੰਗ ਹਾਂ, ਸਾਨੂੰ ਵੀ ਚੇਲਿਆਂ ਦੇ ਵਾਂਗ ਪ੍ਰਚਾਰ ਕਰਨ ਦੀ ਸ਼ਕਤੀ ਦਿਓ, ਸਾਨੂੰ ਦੂਜਿਆਂ ਦੇ ਲਈ ਪ੍ਰਾਰਥਨਾ ਕਰਨ ਦੀ ਸ਼ਕਤੀ ਦਿਓ, ਵਚਨ ਦੇ ਉੱਤੇ ਧਿਆਨ ਕਰਨ ਦੀ ਸ਼ਕਤੀ ਦਿਓ। ਜਿੰਨੇ ਵੀ ਅੱਜ ਬਿਮਾਰ ਨੇ ਘਰਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ, ਸਭ ਨੂੰ ਚੰਗਿਆਈ ਦਾ ਵਰਦਾਨ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ।